ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਹਰਪ੍ਰੀਤ ਸਿੰਘ ਸਿੱਖਾਂ ਦੀ ਸਰਵਉੱਚ ਅਦਾਲਤ ਤਖਤ ਸ੍ਰੀ ਅਕਾਲ ਤਖਤ ਸਾਹਿਬ ਜਿਸ ਦਾ ਹਰ ਫੈਸਲਾ ਹਰ ਹੁਕਮਨਾਮਾ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਵਸਦੇ ਨਾਨਕ ਨਾਮ ਲੇਵਾ ਸਿੱਖ ਸਿਰ ਮੱਥੇ ਸਵਾਰ ਕਰਦੇ ਨੇ ਤੇ ਜੋ ਪੰਥ ਵਿਰੋਧੀ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਕਰਦਾ ਹੈ ਜਾਂ ਫਿਰ ਪੰਥ ਵਿਰੋਧੀ ਪ੍ਰਚਾਰ ਕਰਦਾ ਹੈ ਤੇ ਉਸ ਨੂੰ ਅਕਾਲ ਤਖਤ ਸਾਹਿਬ ਵੱਲੋਂ ਸਜ਼ਾ ਵੀ ਲਾਈ ਜਾਂਦੀ ਹੈ ਤੇ ਜੇਕਰ ਮਾਮਲਾ ਵੱਧ ਗੰਭੀਰ ਹੋਵੇ ਤਾਂ ਪੰਥ ਦੇ ਵਿੱਚੋਂ ਛੇਕਣ ਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਔਰ ਇਸ ਤਰ੍ਹਾਂ ਕੀਤੀ ਵੀ ਗਈ ਹੈ ਪਰ ਹੁਣ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਗਈ ਸਰਹੰਦ ਫਤਿਹ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਇੱਕ ਐਲਾਨ ਕੀਤਾ ਗਿਆ ਕਿ ਜੋ ਵੀ ਪੰਥ ਦੇ ਵਿੱਚੋਂ ਛੇਕ ਕੇ ਸਿੱਖ ਵਾਪਸ ਆਉਣਾ ਚਾਹੁੰਦੇ ਨੇ ਤਾਂ ਉਹ ਆਪਣੀ ਭੁੱਲ ਬਖਸ਼ਾ ਕੇ ਵਾਪਸ ਆ ਸਕਦੇ ਨੇ ਜੀ ਔਰ ਇਸੇ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਖਾਸ ਮਹਿਮਾਨ ਵੀ ਮੌਜੂਦ ਨੇ ਸਿੱਖ ਵਿਸ਼ਿਆਂ ਦੇ ਮਾਹਰ ਤੇ ਸੰਤ ਸਿਪਾਹੀ ਮੈਗਜ਼ੀਨ ਦੇ ਐਡੀਟਰ ਸਰਦਾਰ ਗੁਰਚਰਨਜੀਤ ਸਿੰਘ ਜੀ ਲਾਂਬਾ ਲੰਬ ਸਾਹਿਬ ਬਹੁਤ ਬਹੁਤ ਸਵਾਗਤ ਹੈ ਇਸ ਪੂਰੇ ਮੁੱਦੇ ਤੇ ਅਸੀਂ ਗੱਲ ਜ਼ਰੂਰ ਕਰਾਂਗੇ ਔਰ ਸਾਡੀ ਖਾਸ ਪੇਸ਼ਕਸ਼ ਇਸੇ ਮੁੱਦੇ ਤੇ ਆਧਾਰਿਤ ਹੈ ਪੰਥ ਵਾਪਸੀ ਦੀ ਰਾਹ जी हाँ पंथ दे विच वापसी का यह राह कितना सौखा है ते कितना मुश्किल है ते की अहमियत ते की मकसद है सिंह साहिबाना दे इस फैसले का इस उत्ते चर्चा करन दे लई साडे नाल खास मेहमान तो मौजूद रहणगे इस तो पहला कि असी इस चर्चा नू शुरू करिए सब तो पहला यह जान लैने कि पंज सिंह साहिबाना दी श्री अकाल तख्त साहब ते हुई बैठक दे विच की फैसले लए गए ने हालांकि इस बैठक दे विच सब तो अहम फैसला यही मनिया जा रहा है कि जो पंथ दे विचों छेके गए जां फिर तनखाइया करार दित्ते गए लोगों की वापसी है वह फैसला खासा अहम अहमियत रखता है इस तो अलावा होर की फैसले गए इस मीटिंग इस पेश करती खास रिपोर्ट श्री अकाल तख्त साहब उत्ते बीते दिन पंच सिंह साहिबाना की एक अहम मीटिंग हुई मीटिंग कई धार्मिक मसलों से विचार की गई उन्होंने फैसले भी ले गए बैठक तो बाद श्री अकाल तख्त साहब के जथेदार ज्ञानी गुरबचन सिंह जी ने कहा कि पंच सिंह साहिबाना की बैठक के फैसला लिता गया कि सिख धर्म नाल संबंधित फिल्मों के कोई भी व्यक्ति गुरु साहिबान अते उनां दे परिवारक मैंबरां दा रोल अदा नहीं कर सकता गुरुआं अते उनां दे परिवारक मैंबरां तों इलावा पंज प्यारिआं दा रोल भी पंथ द्वारा प्रमाणित पंज प्यारे ही कर सकणगे नाल ही इह वी फैसला कीता गया कि श्री अकाल तख्त साहिब ते पेंडिंग धार्मिक मामलिआं दे हल लई उनां नूं धर्म प्रचार कमेटी दे कोल भेज दित्ता जावे इन्ना ही नहीं अकाल तख्त साहिब ने इह वी फैसला कीता कि अगे तों भी छोटे मोटे मामले इस कमेटी नूं भेज दित्ते जाणगे ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਿਰਫ ਉਹਨਾਂ ਹੀ ਮਾਮਲਿਆਂ ਤੇ ਵਿਚਾਰਾਂ ਕੀਤੀਆਂ ਜਾਣਗੀਆਂ ਜੋ ਕਾਫੀ ਗੰਭੀਰ ਹੋਣ ਗਿਆਨੀ ਗੁਰਬਚਨ ਸਿੰਘ ਜੀ ਨੇ ਕਿਹਾ ਕਿ ਇਸ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਸਰੀ ਸ਼ਤਾਬਦੀ ਦੀ ਖੁਸ਼ੀ ਦੇ ਵਿੱਚ ਪੰਜ ਸਿੰਘ ਸਾਹਿਬਾਨਾਂ ਵੱਲੋਂ ਇੱਕ ਹੋਰ ਅਹਿਮ ਫੈਸਲਾ ਕੀਤਾ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਧਾਰਮਿਕ ਸਜਾਵਾਂ ਦੇ ਤਹਿਤ ਪੰਥ ਤੋਂ ਛੇਕੇ ਹੋਏ ਅਤੇ ਤਨਖਾਹੀਆਂ ਐਲਾਨੇ ਹੋਏ ਲੋਕਾਂ ਨੂੰ ਰਾਹਤ ਦਿੰਦੇ ਹੋਏ ਇੱਕ ਮਹੀਨੇ ਦਾ ਵਕਤ ਦਿੱਤਾ ਗਿਆ ਕਿ ਉਹ ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਫੀ ਮੰਗ ਅਰਦਾਸ ਕਰਨ ਨਾਲ ਹੀ ਉਹਨਾਂ ਸਿੱਖ ਕੌਮ ਨੂੰ ਇਹ ਹੁਕਮ ਵੀ ਦਿੱਤਾ ਕਿ ਜੇਕਰ ਕੋਈ ਆਪਣੀ ਭੁੱਲ ਨਹੀਂ ਬਖਸ਼ਾਂਦਾ ਤਾਂ ਸਿੱਖ ਕੌਮ ਨੂੰ ਅਜਿਹੇ ਲੋਕਾਂ ਦਾ ਸਮਾਜਿਕ ਬਹਿਸ਼ਕਾਰ ਕਰ ਦੇਣਾ ਚਾਹੀਦਾ ਹੈ ਨਾਲ ਹੀ ਜਥੇਦਾਰ ਸਾਹਿਬ ਵੱਲੋਂ ਐਸਜੀਪੀਸੀ ਨੂੰ ਇਹ ਹੁਕਮ ਦਿੱਤਾ ਗਿਆ ਕਿ ਉਹ ਪੂਰੇ ਵਿਸ਼ਵ ਦੀ ਸਿੱਖ ਸੰਗਤ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਸੁਧਾਰ ਕਰਨ ਸੰਬੰਧੀ ਸੁਝਾਅ ਮੰਗਵਾਏ ਅਤੇ ਉਹਨਾਂ ਤੇ ਜਲਦ ਤੋਂ ਜਲਦ ਅਮਲ ਵੀ ਕਰੇ ਸਿੰਘ ਸਾਹਿਬਾਨਾਂ ਵੱਲੋਂ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਹਾਲ ਨੂੰ ਵਿਆਹ ਸ਼ਾਦੀਆਂ ਲਈ ਇਸਤੇਮਾਲ ਕੀਤੇ ਜਾਣਾ ਅਤੇ ਇਸ ਦੌਰਾਨ ਤਾਮਸੀ ਭੋਜਨ ਅਤੇ ਨਸ਼ੇ ਆਦਿ ਦਾ ਪ੍ਰਯੋਗ ਦਾ ਸਖਤ ਨੋਟਿਸ ਲੈਂਦਿਆਂ ਹੋਇਆਂ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਨੂੰ ਇਹ ਹੁਕਮ ਦਿੱਤੇ ਨੇ ਕਿ ਇਸ ਤਰ੍ਹਾਂ ਦੇ ਕੰਮਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਗੁਰੂ ਮਰਿਆਦਾ ਬਣਾ ਕੇ ਰੱਖੀ ਜਾਏ ਇਸ ਮੀਟਿੰਗ ਦੇ ਵਿੱਚ ਕਾਫੀ ਅਹਿਮ ਫੈਸਲੇ ਕੀਤੇ ਗਏ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡਾ ਫੈਸਲਾ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਖੁੱਲ੍ਹਦਿਲੀ ਦਿਖਾਉਂਦਿਆਂ ਹੋਇਆਂ ਉਹਨਾਂ ਲੋਕਾਂ ਨੂੰ ਵਾਪਸ ਸਿੱਖ ਕੌਮ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਜੋ ਕਿਸੇ ਕਾਰਨ ਤਨਖਾਹੀਆਂ ਐਲਾਨੇ ਗਏ ਸਨ ਜਾਂ ਫਿਰ ਸਿੱਖ ਪੰਥ ਦੇ ਵਿੱਚੋਂ ਛੇਕੇ ਗਏ ਸਨ ਜੋਤੀ ਬਹਿਲ ਪੀਟੀਸੀ ਨਿਊਜ਼ ਅੰਮ੍ਰਿਤਸਰ ਜੀ ਔਰ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਖਾਸ ਮਹਿਮਾਨ ਮੌਜੂਦ ਨੇ ਗੁਰਚਰਨਜੀਤ ਸਿੰਘ ਜੀ ਲਾਂਬਾ ਲਾਂਬਾ ਸਾਹਿਬ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦੇ ਹਾਂ ਕਿ ਪੰਥ ਵਾਪਸੀ ਦੀ ਰਾਹ ਦੀ ਜ਼ਰੂਰਤ ਕਿਉਂ ਪਈ ਇਸ ਦੀ ਕਿੰਨੀ ਕੁ ਲੋੜ ਸੀ ਔਰ ਕਿੰਨੀ ਕੁ ਅਹਿਮੀਅਤ ਰੱਖਦਾ ਇਹ ਫੈਸਲਾ ਜੋ ਸਿੰਘ ਸਾਹਿਬਾਨਾਂ ਵੱਲੋਂ ਲਿਆ ਗਿਆ ਜੀ ਜ਼ਰੂਰਤ ਔਰ ਉਸ ਦੀ ਲੋੜ ਦੋ ਚੀਜ਼ਾਂ ਹੈਗੀਆਂ ਜੀ ਗੱਲ ਇਹ ਹੈ ਕਿ ਇਹਦੇ ਵਿੱਚ ਕੋਈ ਨਵੀਂ ਚੀਜ਼ ਸਿੰਘ ਸਾਹਿਬਾਨ ਵੱਲੋਂ ਨਹੀਂ ਕਹੀ ਗਈ ਨਾ ਹੀ ਸਿੰਘ ਸਾਹਿਬਾਨ ਵੱਲੋਂ ਕੋਈ ਅਜਬ ਕੋਈ ਐਸੀ ਚੀਜ਼ ਹੈ ਜਿਹਦੇ 'ਤੇ ਕੋਈ ਖਾਸ ਗੱਲ ਕੀਤੀ ਜਾਏ ਜਾਂ ਕੋਈ ਹੈਰਾਨੀ ਪ੍ਰਗਟ ਕੀਤੀ ਜਾਏ ਇਹ ਮੱਦ ਸਿੱਖ ਰਹਿਤ ਮਰਿਆਦਾ ਦੇ ਵਿੱਚ ਪਹਿਲਾਂ ਹੀ ਮੌਜੂਦ ਹੈ ਜੀ ਔਰ ਬੜੇ ਸਪਸ਼ਟ ਤੌਰ 'ਤੇ ਮੌਜੂਦ ਹੈ ਕਿ ਜਿਹੜੇ ਵੀ ਧੀਰ ਮਲੀਏ ਰਾਮ ਰਾਈਏ ਪੰਥ ਵਿਰੋਧੀ ਜਾਂ ਹੋਰ ਕੋਈ ਐਸੇ ਹਨ ਮੀਣੇ ਮਸੰਦ ਔਰ ਇਹ ਸਾਰੇ ਤਕਰੀਬਨ ਗੁਰੂ ਅੰਸ਼ ਸੀ
सो जे गुरु अंश हुंदिया होया जेकर वह बाहर चले गए तो उन्होंने भी बख्शिया नहीं गया, पर यह नाल उस एक मद विच लिख दिता गया इन्हां विचों जेड़े भी मुड़ पंथ विच शामिल होना चाहन वह श्री अकाल तख्त साहब के उत्ते वह पेश हो के पंच सिंह साहिबान के अगे पेश हो के अपनी भुल बख्शा लैन ते उन्हां नूं वापस लिया जाएगा, वो सजा लवा लैण जिहड़ी भी उन्हां दी तनखाह है। पर लवा मैं इत्थे तुहानूं टोक रहा कि एक जिहड़ा इन्हां ने खास ऐलान कीता उस दे विच क्लीयर है कि सजा रहत जी वापसी जी उन्हां नूं सजा नहीं दित्ती जाएगी जो वापस आंदे आ, इह इह कित्थों तक जायज़ सजा दा मेरा ख्याल है उहदे च लफ़ज़ नहीं लिखिया कोई शायद सेवा दा या कोई उहदे पूरा वेरवा जे मौजूद नहीं है, पर जिहड़ा पंज सिंह साहिबान दे अगे पेश होणा फिर वह पंज सिंह साहिबान ने निर्णा करना है कि उहदा गुनाह देख के कि वह किस तरह का गुनाह है। हुण जे तां कोई एक आम सधारण व्यक्ति है जिवें गुरबाणी ने भी कहा पढ़िया होवे गुनाहगार ते ओमी साधना मारिए, हुण जे माड़ा मोटा बंदा जे उहदे कोल कोई गलती हो जाए, पर जे कोई जथेदार रहा जे कोई सिंह साहिब रहा अगर वह कोई ऐसा गुनाह करता है फिर उन्होंने हर मामले के उत्ते विचार करके वह निर्णा करनगे, ना कि कोई जनरलाइज इस तरह किया जा सकता है जी। सो जो सिंह साहिबाना वालों हुण फैसला किया गया या फिर एक महीने का वक्त दिता गया जी, इस फैसले नूं पंथ दे हित दे विच किन्ना तुसीं समझदे हो? देखो इस तरह हैगा कई बार हालां चीज़ मौजूद होंदी है कानून दे विच भी कई चीज़ां होंदियां, सरकारां भी कई बार वॉलंटरी डिस्कलोजर स्कीम अनाउंस करदियां, इहनूं भी एक धार्मिक वॉलंटरी डिस्कलोजर स्कीम जे कह लिया जाए तो कोई अतकथनी नहीं। सो चीज़ तो मौजूद होंदी है, पर जदों किसी नूं सद्दा दित्ता जांदा मुड़ जिस तरह आवो सिख सतगुरु के प्यारे हो वाजा मारदे गुरु भी वाजा मारदा तो उस वेले ओह कईआं नूं प्रेरणा मिलदी है कि असीं इह मौका है, जिवें हुण खास 300 सालां दे उत्ते कि असीं हैगा हुण सानूं मौका है। हालां मौका ते हर वेले है, कदी भी ओह दरवाजे बंद नहीं होणगे, इह नहीं गा कि एक महीने दे बाद जे कोई मुड़ वापस जाना चाहे तो उसनूं अज तों बाद तूं वापस नहीं आ सकदा। पर इहदे विच इक चीज़ मैं जरूर हरप्रीत जी कहनी चाहांगा, ਉਹ ਇਸ ਤਰ੍ਹਾਂ ਹੈ ਕਿ ਐਸਾ ਨਾ ਹੋਵੇ ਜਿਸ ਤਰ੍ਹਾਂ ਇੱਕ ਮਿੱਤਰ ਦੱਸ ਰਿਹਾ ਸੀ, ਕਹਿਣ ਲੱਗਾ ਮੈਂ ਅੰਮ੍ਰਿਤ ਛਕਣ ਗਿਆ ਤਾਂ ਉੱਥੇ ਜਦੋਂ ਪੰਜ ਸਿੰਘ ਸਾਹਿਬਾਨ ਦੇ ਅੱਗੇ ਉਹਨਾਂ ਨੇ ਜਦੋਂ ਰਹਿਤ ਦੱਸੀ ਤਾਂ ਇੱਕ ਜਿਹੜਾ ਅੰਮ੍ਰਿਤ ਅਭਲਾਖੀ ਸੀ ਉਹ ਕਹਿਣ ਲੱਗਾ ਕਹਿੰਦਾ ਨਹੀਂ ਸਿੰਘ ਸਾਹਿਬ ਰਹਿਤ ਇੱਦਾਂ ਨਹੀਂ ਇੱਦਾਂ ਹੁੰਦੀ, ਤਾਂ ਉਹ ਕਹਿਣ ਲੱਗੇ ਭਾਈ ਤੂੰ ਇਹ ਕੀ ਕਹਿ ਰਿਹਾ ਤੈਨੂੰ ਜੋ ਕਹਿ ਰਿਹਾ ਤੂੰ ਸੁਣ। ਉਹ ਕਹਿੰਦਾ ਜੀ ਤੁਸੀਂ ਗਲਤ ਦੱਸੋਗੇ ਮੈਂ ਕਿੱਦਾਂ ਸੁਣ ਲਵਾਂਗਾ, ਤੇ ਉਹ ਕਹਿਣ ਲੱਗੇ ਫਿਰ ਗੱਲ ਇਹ ਹੈ ਤੇਰਾ ਕੀ ਮਤਲਬ ਅਸੀਂ ਪਹਿਲੀ ਵਾਰ ਅੰਮ੍ਰਿਤ ਛਕਾ ਰਹੇ ਹਾਂ, ਤੇ ਉਹ ਕਹਿਣ ਲੱਗਾ ਤੁਹਾਡਾ ਮਤਲਬ ਮੈਂ ਪਹਿਲੀ ਵਾਰੀ ਅੰਮ੍ਰਿਤ ਛਕ ਰਿਹਾ। ਸੋ ਐਸਾ ਨਾ ਹੋਏ ਕਿ ਉਹ ਗੁਨਾਹ ਨੂੰ ਮੁੜ ਮੁੜ ਕਰੀ ਜਾਏ, ਇਹ ਉਸਨੂੰ ਨਹੀਂ ਹੈਗਾ। ਸੋ ਜੇ ਕਿਸੇ ਨੇ ਕੋਈ ਗੁਨਾਹ ਕੀਤਾ, ਔਰ ਇੱਕ ਚੀਜ਼ ਹੋਰ ਵੀ ਹੈ ਬਹੁਤ ਅਹਿਮ ਹੈ ਔਰ ਇਸ ਨੁਕਤੇ ਨੂੰ ਜ਼ਰੂਰ ਧਿਆਨ ਦੇਣ ਦੀ ਲੋੜ ਹੈ, ਕਈ ਵਾਰ ਕਈ ਬੰਦੇ ਨੇ ਮੰਨ ਲਓ 6 ਗੁਨਾਹ ਕੀਤੇ ਔਰ ਉਹਨਾਂ 6 ਗੁਨਾਹਾਂ ਦੇ ਵਿੱਚੋਂ ਉਹਨੂੰ ਇਹ ਨਹੀਂ ਕਿ ਕੇਵਲ ਇੱਕ ਦੀ ਸਜ਼ਾ ਦੇ ਦਿੱਤੀ ਜਾਏ। ਹੁਣ ਜੇ ਕਿਸੇ ਨੇ ਕੋਈ ਗਲਤ ਚਿੱਠੀ ਲਿਖੀ ਹੋਏ ਉਸਨੂੰ ਉਸਦੀ ਸਜ਼ਾ ਨਾ ਦੇ ਕੇ ਉਹਨੂੰ ਕਿਹਾ ਜੇ ਤੇਰੀਆਂ ਸਪੈਲਿੰਗ ਮਿਸਟੇਕਸ ਹੈਗੀਆਂ ਤੈਨੂੰ ਉਸਦੀ ਹੋ, ਉਹ ਕਵੇ ਜੀ ਮੈਂ ਤਾਂ ਇਹਦੀ ਮਾਫ਼ੀ ਮੰਗ ਲਈ। ਜੇ ਕਿਸੇ ਨੇ ਪਤਤ ਹੈ, ਕੋਈ ਤਨਖਾਹੀਆ ਹੈ, ਦਾੜੀ ਰੰਗਦਾ, ਕੇਸਾਂ ਦੀ ਬੇਅਦਬੀ ਕਰਦਾ, ਤੇ ਜੇ ਉਹਨੇ ਕਿਧਰੇ ਗੁਰੂ ਨਿੰਦਾ ਕੀਤੀ ਉਹਦੀ ਉਹਨੂੰ ਸਜ਼ਾ ਦੇ ਦਿਓ, ਬਾਕੀ ਉਹਨੂੰ ਕਹੋ ਤੂੰ ਇਹ ਜਾਰੀ ਰੱਖ, ਇਹ ਨਹੀਂ ਹੋ ਸਕਦਾ। ਕਿਉਂਕਿ ਜਿਸ ਤਰ੍ਹਾਂ ਪਹਿਲੇ ਵੀ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਹੋ ਚੁੱਕਾ ਹੈ ਕਿ ਕਸੂਰ ਕੁਛ ਹੈ, ਸਜ਼ਾ ਕਿਸੇ ਹੋਰ ਚੀਜ਼ ਦੀ ਦਿੱਤੀ ਗਈ, ਇਹ ਕਿਸਮ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਵੀ ਇੱਕ ਕਿਸਮ ਦਾ ਬੜਾ ਵੱਡਾ ਫਰਾਡ ਕਿਹਾ ਜਾ ਸਕਦਾ। ਬਿਲਕੁਲ, ਇਸ ਕਰਕੇ ਸਾਰੀਆਂ ਲੂਪ ਹੋਲਸ ਨੂੰ ਪਲੱਗ ਕਰਦਿਆਂ ਸਿੱਖ ਪੰਥ ਜਿਹੜਾ ਉਹ ਹਰ ਵੇਲੇ ਗਲਵਕੜੀ ਚ ਲੈਣ ਨੂੰ ਤਿਆਰ ਹੈ। ਅਸੀਂ ਖੱਤੇ ਬਹੁਤ ਕਮਾਉਂਦੇ ਕਿ ਛੰਤ ਨਾ ਪਾਰਾ ਵਾ, ਕਿਰਪਾ ਕਰਕੇ ਬਖਸ਼ ਲਓ, ਹਰ ਵੇਲੇ ਉਹ ਬਖਸ਼ੰਦ ਗੁਰੂ ਤਾਂ ਤਿਆਰ ਹੈ, ਪਰ ਸਟਿਲ ਸਾਡੇ ਵੱਲੋਂ ਹੈ। ਚਤੁਰ ਦਸਾ ਕੀਨੋ ਭਲੇ ਆਪਣਾ ਸਿਰ ਉੱਪਰ ਕਰਦਾ ਰਿਹੋ, ਉਹਨੇ ਤਾਂ ਆਪਣਾ ਸਿਰ ਦੇ ਉੱਤੇ ਹੱਥ ਰੱਖਿਆ, ਹੁਣ ਸਾਡਾ ਸਿਰ ਥੱਲੇ ਲਿਆਉਣ ਦੀ ਲੋੜ ਹੈ। ਇਹ ਇਹਨਾਂ ਨੇ ਸੱਦਾ ਦਿੱਤਾ ਭਾਈ ਗੁਰੂ ਦਾ ਹੱਥ ਹੈ, ਤੁਸੀਂ ਆਪਣਾ ਸਿਰ ਇਹਦੇ ਥੱਲੇ। ਜੀ ਬਿਲਕੁਲ ਬਿਲਕੁਲ, ਜਿਸ ਤਰ੍ਹਾਂ ਲਾਂਬਾ ਸਾਹਿਬ ਨੇ ਦੱਸਿਆ ਕਿ ਵਾਕਈ ਇੱਕ ਪਹਿਲ ਕੀਤੀ ਗਈ ਹੈ ਸਿੰਘ ਸਾਹਿਬਾਨਾਂ ਵੱਲੋਂ, ਉਹਨਾਂ ਨੂੰ ਮੌਕਾ ਦਿੱਤਾ ਗਿਆ ਕਿ ਉਹਨਾਂ ਲੋਕਾਂ ਨੂੰ ਆਪਣੀ ਭੁੱਲ ਬਖਸ਼ਾਉਣ ਦਾ, ਕਿ ਜਿਹੜੇ ਕਿਸੇ ਵੀ ਧਾਰਮਿਕ ਗਲਤੀ ਕਰਕੇ ਸਾਲ 1998 ਤੋਂ ਲੈ ਕੇ ਪੰਥ ਦੇ ਵਿੱਚੋਂ ਛੇਕੇ ਗਏ ਨੇ। ਸੋ ਇੱਥੇ ਜਾਣਨਾ ਵੀ ਜ਼ਰੂਰੀ ਹੋ ਜਾਂਦਾ ਕਿ ਹੁਣ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਿੰਨੇ ਅਤੇ ਕਿਹੜੇ ਕਿਹੜੇ ਲੋਕਾਂ ਨੂੰ ਤਨਖਾਹ ਲਾਈ ਗਈ ਹੈ ਜਾਂ ਫਿਰ ਉਹਨਾਂ ਨੂੰ ਪੰਥ 'ਚੋਂ ਛੇਕਿਆ ਗਿਆ, ਇਸ ਖਾਸ ਰਿਪੋਰਟ ਰਾਹੀਂ ਦੇਖ ਲੈਂਦੇ ਹਾਂ। ਸਿੱਖ ਮਰਿਆਦਾ, ਸਿੰਘ ਸਾਹਿਬਾਨਾਂ ਦੇ ਖਿਲਾਫ਼ ਗਲਤ ਸ਼ਬਦਾਵਲੀ ਦਾ ਪ੍ਰਯੋਗ ਕਰਨਾ, ਵਿਵਾਦਿਤ ਟਿੱਪਣੀਆਂ ਦਾ ਪ੍ਰਕਾਸ਼ਨ ਕਰਕੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਗਏ ਹੁਕਮਨਾਮਿਆਂ ਦਾ ਉਲੰਘਣ ਕਰਨ ਦੇ ਮਾਮਲਿਆਂ ਦੇ ਵਿੱਚ ਸੰਨ 1998 ਤੋਂ ਲੈ ਕੇ ਹੁਣ ਤੱਕ ਕੁੱਲ 11 ਲੋਕਾਂ ਨੂੰ ਸਿੱਖ ਪੰਥ ਤੋਂ ਛੇਕਿਆ ਜਾ ਚੁੱਕਾ ਹੈ। ਇਹਨਾਂ ਦੇ ਵਿੱਚੋਂ ਸਭ ਤੋਂ ਵੱਧ 1998 ਦੇ ਵਿੱਚ ਪੰਥ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਤੇ ਕਈ ਲੋਕਾਂ ਨੂੰ ਪੰਥ ਤੋਂ ਛੇਕਿਆ ਗਿਆ ਸੀ। ਪ੍ਰਾਪਤ ਜਾਣਕਾਰੀਆਂ ਦੇ ਮੁਤਾਬਕ ਸੰਨ 1998 ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦੇ ਵਕਤ 25 ਜੁਲਾਈ 1998 ਨੂੰ ਵੈਨਕੂਵਰ ਸਥਿਤ ਗੁਰਦੁਆਰਾ ਸਾਹਿਬ ਦੇ
ਸਾਬਕਾ ਹੈੱਡ ਗ੍ਰੰਥੀ ਗਿਆਨੀ ਹਰਕਿਰਤ ਸਿੰਘ ਨੂੰ ਪੰਥ ਤੋਂ ਛੇਕਿਆ ਗਿਆ ਸੀ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਲੰਗਰ ਦੇ ਸਬੰਧ ਵਿੱਚ ਜਾਰੀ ਹੁਕਮਨਾਮੇ ਦਾ ਉਲੰਘਣ ਕਰਨ ਦੇ ਦੋਸ਼ ਵਿੱਚ ਵੈਂਕੂਵਰ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵੰਤ ਸਿੰਘ, ਇੰਡੋ ਕੈਨੇਡੀਅਨ ਟਾਈਮਸ ਦੇ ਸੰਪਾਦਕ ਤਾਰਾ ਸਿੰਘ ਹੇਰ, ਅਕਾਲ ਸਿੰਘ ਸਿੱਖ ਸੁਸਾਇਟੀ ਵੈਂਕੂਵਰ ਦੇ ਪ੍ਰਧਾਨ ਰਤਨ ਸਿੰਘ, ਖਾਲਸਾ ਦੀਵਾਨ ਸੁਸਾਇਟੀ ਵੈਂਕੂਵਰ ਦੇ ਸੀਨੀਅਰ ਉਪ ਪ੍ਰਧਾਨ ਜਰਨੈਲ ਸਿੰਘ ਅਤੇ ਇਸੇ ਸੰਸਥਾ ਦੇ ਰਿਕਾਰਡ ਸਕੱਤਰ ਕਸ਼ਮੀਰ ਸਿੰਘ ਨੂੰ ਪੰਥ ਤੋਂ ਛੇਕਿਆ ਜਾ ਚੁੱਕਾ ਸੀ। ਜਥੇਦਾਰ ਸਾਹਿਬਾਨਾਂ ਦੇ ਖਿਲਾਫ ਗਲਤ ਸ਼ਬਦਾਵਲੀ ਪ੍ਰਯੋਗ ਕਰਨ ਦੇ ਇਲਜ਼ਾਮ ਦੇ ਵਿੱਚ 14 ਸਤੰਬਰ 1998 ਨੂੰ ਪ੍ਰੀਤ ਸਿੰਘ ਸੰਧੂ, ਕੈਨੇਡਾ ਨਿਵਾਸੀ ਨੂੰ ਪੰਥ ਤੋਂ ਛੇਕਿਆ ਗਿਆ। ਇਸ ਤੋਂ ਇਲਾਵਾ ਪੰਥ ਵਿਰੋਧੀ ਕਾਰਵਾਈਆਂ ਦੇ ਵਿੱਚ ਲਿਪਤ ਮਹਿੰਦਰ ਸਿੰਘ OSD ਨੂੰ 28 ਨਵੰਬਰ 1998 ਨੂੰ ਪੰਥ ਤੋਂ ਛੇਕ ਦਿੱਤਾ ਗਿਆ ਸੀ। ਇਸੀ ਲੜੀ ਦੇ ਵਿੱਚ ਹੋਰ ਇਜਾਫਾ ਹੋਇਆ ਸਨ 2002 ਦੇ ਵਿੱਚ, ਜਦੋਂ ਵਿਵਾਦਿਤ ਟਿੱਪਣੀਆਂ ਲਿਖਣ ਦੇ ਇਲਜ਼ਾਮ ਵਿੱਚ ਗੁਰਬਖਸ਼ ਸਿੰਘ ਕਾਲਾ ਅਫਗਾਨਾ ਅਤੇ ਪੰਜਾਬੀ ਦੇ ਰੋਜ਼ਾਨਾ ਸਪੋਕਸਮੈਨ ਅਖਬਾਰ ਦੇ ਐਡੀਟਰ ਜੋਗਿੰਦਰ ਸਿੰਘ ਨੂੰ ਵੀ ਪੰਥ ਤੋਂ ਛੇਕਿਆ ਜਾ ਚੁੱਕਾ ਹੈ। ਅਤੇ ਹਾਲ ਹੀ ਦੇ ਵਿੱਚ ਦਸਮ ਗ੍ਰੰਥ ਬਾਰੇ ਚੱਲੇ ਵਿਵਾਦ ਦੇ ਚਲਦਿਆਂ 17 ਜਨਵਰੀ 2010 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਵੀ ਪੰਥ ਤੋਂ ਛੇਕਿਆ ਜਾ ਚੁੱਕਾ ਹੈ। ਇਹਨਾਂ ਸਾਰੇ ਲੋਕਾਂ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਕਿਹਾ ਹੈ ਕਿ ਜੇ ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਆਪਣੀ ਭੁੱਲ ਬਖਸ਼ਵਾਉਣ ਲਈ ਅਕਾਲ ਤਖਤ ਸਾਹਿਬ ਤੇ ਪੇਸ਼ ਹੁੰਦਾ ਹੈ ਤਾਂ ਉਸ ਨੂੰ ਵੀ ਮੁਆਫ਼ੀ ਦਿੱਤੀ ਜਾ ਸਕਦੀ ਹੈ। ਅਕਾਲ ਤਖਤ ਸਾਹਿਬ ਤੋਂ ਡੇਰਾ ਮੁਖੀ ਅਤੇ ਉਸਦੇ ਪੈਰੋਕਾਰਾਂ ਦਾ ਉਸ ਸਮੇਂ ਮੁਕੰਮਲ ਬਾਈਕਾਟ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਸੀ ਜਦੋਂ ਡੇਰਾ ਮੁਖੀ ਨੇ ਸੰਨ 2007 ਵਿੱਚ 10ਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਚੋਲਾ ਪਾ ਕੇ ਆਪਣੇ ਪੈਰੋਕਾਰਾਂ ਨੂੰ ਜਾਮੇ ਇਨਸਾ ਪਲਾਉਣ ਦਾ ਯਤਨ ਕੀਤਾ ਸੀ। ਉਹਨਾਂ ਡੇਰਾ ਮੁਖੀ ਨੂੰ ਵੀ ਕਿਹਾ ਹੈ ਕਿ ਉਹਨਾਂ ਨੂੰ ਵੀ 1 ਮਹੀਨੇ ਦਾ ਸਮਾਂ ਦਿੱਤਾ ਜਾਂਦਾ ਹੈ ਕਿ ਉਹ 1 ਮਹੀਨੇ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਵਾ ਸਕਦੇ ਨੇ। ਜੋਤੀ ਬਹਿਲ, PTC ਨਿਊਜ਼, ਅੰਮ੍ਰਿਤਸਰ। ਸੋ ਇਹ ਸਨ ਕੁਝ ਖਾਸ ਲੋਕ ਜਿਨ੍ਹਾਂ ਨੂੰ ਤਨਖਾਹ ਵੀ ਲਾਈ ਗਈ, ਜਿਨ੍ਹਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਵੀ ਗਿਆ, ਔਰ ਇੱਕ ਖਾਸ ਮੌਕਾ ਸਿੰਘ ਸਾਹਿਬਾਨਾਂ ਵੱਲੋਂ ਦਿੱਤਾ ਗਿਆ ਕਿ ਪੰਥ ਵਾਪਸੀ ਦੀ ਰਾਹ ਉਹਨਾਂ ਨੇ ਦਿਖਾਈ ਗਈ। ਇਸ ਰਾਹ 'ਤੇ ਚੱਲਣਾ ਉਹਨਾਂ 'ਤੇ ਡਿਪੈਂਡ ਕਰਦਾ ਹੈ ਕਿ ਕਿਸ ਤਰ੍ਹਾਂ ਚੱਲਣਗੇ। ਲਾਭਾ ਸਾਹਿਬ, ਇੱਕ ਖਾਸ ਗੱਲ ਇਹ ਹੈ ਕਿ ਜਿਸ ਤਰ੍ਹਾਂ ਹੁਣ ਅਕਾਲ ਤਖਤ ਸਾਹਿਬ ਵੱਲੋਂ ਖੁੱਲ੍ਹ ਦਿੱਲੀ ਦਿਖਾਈ ਗਈ ਹੈ, ਉਹਨਾਂ ਨੂੰ ਵਾਪਸੀ ਦਾ ਸੱਦਾ ਦਿੱਤਾ ਗਿਆ, ਕਿਤੇ ਇਸ ਗੱਲ ਦਾ ਬੈਡ ਇੰਪ੍ਰੈਸ਼ਨ ਤਾਂ ਨਹੀਂ ਜਾਂਦਾ ਕਿ ਸ਼ਾਇਦ ਅਕਾਲ ਤਖਤ ਸਾਹਿਬ ਵੱਲੋਂ ਕਿਉਂ ਇਸ ਤਰ੍ਹਾਂ ਦਾ ਹੁਕਮਨਾਮਾ ਜਾਰੀ ਕੀਤਾ ਗਿਆ, ਜਾਂ ਫਿਰ ਕੁਝ ਲੋਕ ਅਜਿਹੇ ਵੀ ਨੇ, ਸ਼ਾਇਦ ਕਹਿਣਾ ਤਾਂ ਨਹੀਂ ਬਣਦਾ ਕਿ ਉਹਨਾਂ ਦੀ ਪ੍ਰਵਿਰਤੀ ਇਸ ਤਰ੍ਹਾਂ ਦੀ ਬਣ ਚੁੱਕੀ ਹੈ ਕਿ ਭਾਵੇਂ ਜੋ ਮਰਜ਼ੀ ਕਰ ਲਓ ਅਸੀਂ ਆਪਣੀਆਂ ਉਹਨਾਂ ਹਰਕਤਾਂ ਤੋਂ ਬਾਜ਼ ਨਹੀਂ ਆਉਣਾ। ਹਰਪ੍ਰੀਤ ਜੀ, ਇਸ ਤੋਂ ਵੀ ਗੰਭੀਰ ਇੱਕ ਹੋਰ ਇਸ ਦੇ ਚੋਂ ਨੁਕਤਾ ਨਿਕਲਦਾ ਹੈ, ਔਰ ਇਹਦੇ 'ਚ ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ ਕਿ ਜਦੋਂ ਦਾ ਸ੍ਰੀ ਅਕਾਲ ਤਖਤ ਸਾਹਿਬ ਬਣਿਆ, ਇਹ ਹਰ ਵਕਤੀ ਹਕੂਮਤ ਦੀ ਅੱਖ ਵਿੱਚ ਰੜਕਦਾ ਰਿਹਾ। ਜਦੋਂ ਦਾ ਸ੍ਰੀ ਅਕਾਲ ਤਖਤ ਸਾਹਿਬ ਬਣਿਆ, ਇਹ ਇੱਕ ਅਥਾਰਿਟੀ ਹੈ, ਇਸ ਅਥਾਰਿਟੀ ਨੂੰ ਟਾ ਟੇਰੀ ਕਰਨ ਦੀ ਹਮੇਸ਼ਾ ਕੋਸ਼ਿਸ਼ ਕੀਤੀ ਗਈ। ਬਿਲਕੁਲ, 1900 ਸਾਡੇ ਮੌਜੂਦਾ ਦੌਰ ਵਿੱਚ ਵੀ, 1984 ਵਿੱਚ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਜਦੋਂ ਟਾ ਟੇਰੀ ਕਰ ਦਿੱਤਾ ਗਿਆ, ਉਸ ਵੇਲੇ ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਤਤਕਾਲੀਨ ਜਥੇਦਾਰ ਸਨ, ਉਹ ਦਰਸ਼ਨੀ ਡਿਉੜੀ ਵਿੱਚ ਵੀ ਅਕਾਲ ਤਖਤ ਸਾਹਿਬ ਦੀ ਕਾਰਵਾਈ ਕਰਦੇ ਰਹੇ, ਕਮਰਿਆਂ ਵਿੱਚ ਵੀ ਕਰਦੇ ਰਹੇ, ਔਰ ਉਹਨਾਂ ਦਾ ਇਹ ਬਿਆਨ ਸੀ ਕਿ ਅਸੀਂ ਸਰਕਾਰ ਆਪਣੀਆਂ ਅਦਾਲਤਾਂ ਜੇਲ੍ਹਾਂ 'ਚ ਲਗਾ ਸਕਦੀ ਹੈ, ਕੋਰਟ ਸਰਕਟ ਹਾਊਸ ਲਗਾ ਸਕਦੀ ਹੈ, ਅਸੀਂ ਇੱਥੇ ਕਿਉਂ ਨਹੀਂ ਜਿੱਥੇ ਮਰਜ਼ੀ ਲਗਾਈਏ। ਉਹ ਆਪਣੇ ਘਰ ਵੀ ਉਸ ਦੀ ਕਾਰਵਾਈ ਕਰਦੇ ਰਹੇ। ਸੋ ਪਰ ਅਕਾਲ ਤਖਤ ਸਾਹਿਬ ਦੀ ਅਥਾਰਿਟੀ ਕਾਇਮ ਰਹੀ, ਹੋਰ ਤਾਂ ਹੋਰ ਦੇਸ਼ ਦੇ ਰਾਸ਼ਟਰਪਤੀ ਨੂੰ ਵੀ, ਹੋਮ ਮਿਨਿਸਟਰ ਨੂੰ ਵੀ, ਕੋਈ ਐਸਾ ਨਹੀਂ, ਸ਼ਾਇਦ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਇਤਨੀ ਅਥਾਰਿਟੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਗੱਲ ਲੈ ਲਈ ਜਾਈ, ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਉਹਨਾਂ 5 ਸਿੰਘ ਸਾਹਿਬਾਨ ਦੀ ਅਥਾਰਿਟੀ ਨੂੰ ਮੰਨਿਆ, ਗੁਰਮਤਿ ਜਿਹੜੀ ਹੈ ਉਹ ਗੁਰੂ ਤੋਂ ਵੀ ਉੱਤੇ ਉਹਨਾਂ ਨੇ ਗਰਦਾਨੀ, ਪਰ ਉਸਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਤਨਖਾਹ ਲਾਉਣੀ ਪਈ, ਸਾਰੀ ਦੀ ਸਾਰੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਲਾਉਣੀ ਪਈ, ਉਹਨਾਂ ਨੂੰ ਵੀ ਸਜ਼ਾ ਮਿਲੀ, ਅਕਾਲੀ ਦਲ ਦੇ ਪ੍ਰਧਾਨ ਨੂੰ ਮਿਲੀ, ਕੋਈ ਇਸ ਤੋਂ ਨਹੀਂ ਬਰੀ ਨਹੀਂ ਹੋ ਸਕਿਆ, ਕਿਸੇ ਨੂੰ ਮਾਫ਼ੀ ਨਹੀਂ ਹੋਈ। 1984 ਦੇ ਬਾਅਦ ਮੈਨੂੰ ਤਾਂ ਹੁਣ ਇਸ ਤਰ੍ਹਾਂ ਜਾਪਦਾ ਕਿ ਇੱਕ ਅਥਾਰਿਟੀ ਸੀ ਅਕਾਲ ਤਖ਼ਤ ਸਾਹਿਬ ਦੀ, ਉਸ ਅਥਾਰਿਟੀ ਨੂੰ ਖਤਮ ਕਰਨ ਲਈ ਕਿਧਰੇ ਇਹ ਐਸੀ ਕੋਈ ਚੀਜ਼, ਜਿਹੜੇ ਬੰਦੇ ਜਾਣ ਬੁੱਝ ਕੇ ਬਦਤਮੀਜ਼ੀ ਦੀ ਹੱਦ ਤੱਕ ਅਕਾਲ ਤਖ਼ਤ ਸਾਹਿਬ ਦੀ ਬੇਹੁਰਮਤੀ ਕਰਨਾ ਚਾਹੁੰਦੇ, ਉਹ ਜਾਣ ਬੁੱਝ ਕੇ ਐਸਾ ਡਰਾਮਾ ਕਰਦੇ ਹੈ ਤਾਂ ਕਿ ਅਕਾਲ ਤਖ਼ਤ ਸਾਹਿਬ ਨੂੰ ਡਿਫਾਈ ਕਰਨ, ਉਹਨਾਂ ਤੋਂ ਕਾਰਵਾਈ ਕੀਤੀ ਜਾਏ, ਉਹ ਸਿੱਖੀ ਦੇ ਭੇਖ ਵਿੱਚ ਜਿਹਨਾਂ ਬਾਰੇ ਕਹਿ ਲਿਆ ਜਾਏ ਕਿ ਸ਼ਕਲ ਮੋਮਨਾ ਕਰਤੂਤ ਕਾਫਰਾਂ, ਅਗਰ ਉਹ ਬੰਦੇ ਸਿੱਖੀ ਦੇ ਭੇਸ ਵਿੱਚ ਆ ਕੇ ਅਕਾਲ ਤਖ਼ਤ ਸਾਹਿਬ ਦੀ ਅਥਾਰਿਟੀ ਨੂੰ ਚੈਲੇਂਜ ਕਰਕੇ ਕਿ ਅਸੀਂ ਤਾਂ ਜਥੇਦਾਰ ਨੂੰ ਨਹੀਂ ਮੰਨਦੇ, ਅਸੀਂ ਜਥੇਦਾਰ ਦੇ ਰੁਤਬੇ ਨੂੰ ਨਹੀਂ ਮੰਨਦੇ, ਅਸੀਂ ਅਕਾਲ ਤਖ਼ਤ ਦੀ ਅਥਾਰਿਟੀ ਨੂੰ ਨਹੀਂ ਮੰਨਦੇ, ਔਰ ਉਹ ਬੰਦੇ ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਅਗਰ ਕੂੜਨਾਮਾ ਕਹਿ ਰਹੇ ਹੈ, ਤੇ ਇਹ ਇੰਪ੍ਰੈਸ਼ਨ ਅਗਰ ਜਾਏ ਕਿ ਉਹਨਾਂ ਬੰਦਿਆਂ ਨੂੰ ਸੱਦਾ ਦਿੱਤਾ ਜਾ ਰਿਹਾ, ਇਹਦੇ ਨਾਲ ਡੈਫੀਨੇਟਲੀ ਔਰ ਨਿਸ਼ਚਿਤ ਤੌਰ ਤੇ ਅਕਾਲ ਤਖ਼ਤ ਸਾਹਿਬ ਦੀ ਅਥਾਰਿਟੀ ਨੂੰ ਖੋਰਾ ਲੱਗੇਗਾ। ਬਿਲਕੁਲ, ਇੱਕ ਗੱਲ ਮੈਂ ਇਹਦੇ 'ਚ ਹੋਰ ਕਹਿ ਦੇਣੀ ਚਾਹੁੰਦਾ, ਅਸੀਂ ਇਸ ਦੇਸ਼ ਦੇ ਨਾਗਰਿਕਾਂ,
देश का संविधान साडे ते लागू है, इस दे अंडर सानू हर किसी नू डिसिप्लिन तौर ते इनू अपने आप नू रहना पेगा। पर सिखां दी एक अजीब स्थिति है, इन्हां नू ड्यूअलिटी ऑफ अथॉरिटी दे अंडर जीना पैंदा है। एक तो देश का संविधान है और एक श्री अकाल तख्त साहब का हुक्म है। पिछे जे भी होया सिंह साहब जिस वेले निरंकारियां दे खिलाफ नकली निरंकारियां दे खिलाफ हुक्मनामा जारी होया तां उस वेले भी कोर्ट ने समन जारी कीते जसदार रजनोआ साहब नूं, उन्होंने इनकार कर दिता। सिंह साहब जसदार रणजीत सिंह वेले भी होया, उन्हां वेले भी हो गया कि असीं इस अथॉरिटी नूं नहीं मनदे। मैनूं जापदा है इस तों वड्डा गंभीर प्रश्न यह है कि असीं ड्यूअलिटी ऑफ अथॉरिटी दे अंडर जी रहे हां, और इह जिहड़ा जिन्नी देर तक नहीं हुंदा हुण वी पंथ चों इक छेके एडिटर ने ये भी मतलब एक बेहुरमती करन दी कोशिश कीती कि अदालत दे विचों फैसला कोर्ट अकाल तख्त साहब दे फैसले लैके गया ताकि अकाल तख्त साहब दे उत्ते तुसी रोप पाओ। ये देश दी खुशकिस्मती है कि इत्थे दी अदालतां इत्थे दी सरकार ने अजे तक सीधे तौर दे उत्ते अकाल तख्त साहब दी अथॉरिटी दे विच उस नूं डाइल्यूट करन दी कोशिश नहीं कीती। पर ये बंदे बिल्कुल गल करांगे इस मुद्दे ते, और नाल ही ये भी जाणांगे कि जो पंच सिंह साहिबां नालों फैसला लिया गया है धार्मिक शख्सियतां उस बारे की सोचदियां ने और की रिएक्शन। एक छोटे जिहे ब्रेक लई इत्थे रुक रहे हां, ब्रेक तो बाद इसे तरह विचार चर्चा जारी रखांगे। जो ब्रेक तो बाद दर्शकों का एक बार फिर तो स्वागत है। तो साड़ी खास पेशकश पंथ वापसी की राह जारी है और असं जानना चाहते हैं इस राह पर कौन कौन तुरना चाहता और ये राह कितनी कुछ सौखी है। पंज सिंह साहिबाना के इस फैसले बारे होर धार्मिक शख्सियत की सोचदियां ने, उन्होंने की राय है इस बारे असी गलबात की है कुछ खास मेहमानों के नाल। आओ सुन लें उन्होंने भी की कहना। श्री अकाल तख्त साहब से एतवार 6 जून हुई पंच सिंह साहिबाना की बैठक के फैसला लिया गया कि सरहंद फतेह दिहाड़े की 3री शताब्दी की खुशी च पंथ चों तनखाइया करार किए गए ते छेके गए सारे लोगों एक सुनहरी मौका देंदे हो एक महीने के अंदर माफ़ी की अरदास करवा के भुल बखशाने का मौका दिता जाए। अकाल तख्त साहब के जथेदार ज्ञानी गुरबचन सिंह ते होर सिंह साहिबाना वालों जारी इस हुक्म से सिख पंथ च मिली जुली प्रतिक्रिया मिली है। कुछ का कहना है कि सिंह साहिबाना ने बाणी च दर्ज गुरु साहबां की बाणी तो प्रेरित होकर यह आदेश जारी किया है। उन्होंने मुताबक गुरु साहब ने कहा कि जिवें एक पिता अपने पुत्र दी गलतियां ते उन्हूं सज़ा भी दिंदा है ते माफ़ी मंगन ते माफ़ी भी, उस तरह पंथ भी अपनी गलतियां मनन वाले इंसान नूं गले लावे। सिंह साहिबान ने यह जो फैसला लिया मैं समझदा कि पंथ के बहुत ही वड्डे हितां नूं सन्मुख रख के तो गुरबाणी की मूल भावना अनुसार लिया लगता, क्योंकि पंथ विच जो सिख रहत मर्यादा वह भी ये सानू कहती है कि सानू किसी नूं भी दंड देण लग्गिया जो तनखाह लाई जाती है वो किसी प्रकार की कोई भी सानू मतलब रिजिडिटी नहीं दिखानी चाहिए, तो वो फ्लैक्सीबिलिटी की संभावना हैगी है। सो जिहड़े भी मतलब कि व्यक्ति श्री अकाल तख्त साहब तो पंच सिंह साहिबान नूं लए गए फैसले अनुसार छेके गए ने, जेकर कहिंदे कि सवेर दा भुल्ला शाम नूं वापस आ जाए वो ये महसूस करन कि वाकई असीं गलत हैगे आ ते वो आके गुरु महाराज की शरण लेंदे ने तां उन्हां नूं माफ़ी की जिहड़ी हैगी संभावना वो गुरबाणी ने पहला ही जिहड़ी हैगी है निर्धारित की हुई है। तो सिंह साहिबान का यह फैसला बिल्कुल दुरुस्त है, पंथ के वड्डे हितां च है। उधर बहुत सारिया धिरां इस पूरे फैसले के खिलाफ भी ने। अकाल तख्त साहब के साबका हेड ग्रंथी ज्ञानी भगवान सिंह ने सिंह साहिबाना के इस फैसले को अकाल तख्त साहब की मर्यादा तो बिल्कुल उल्ट करार दिता है। उन्होंने साफ किया कि पहला तो इस हुक्म को जारी कर लग्या पंजा तख्तों के सिंह साहिबान शामिल ही नहीं हुए। उन्होंने आख्या कि बैठक के श्री अकाल तख्त साहब श्री केसगढ़ साहब तो श्री दमदमा साहब के जथेदार ही शामिल सन, तो कोरम पूरा करने के लिए हरिमंदर साहब के हैड ग्रंथी ज्ञानी जसविंदर सिंह ते होरां नूं शामिल किया गया। इस नाल उन्होंने ये भी आख्या कि जदों तक पंजों तख्तों के सिंह साहिबान बैठ के हुक्म जारी नहीं करते उदों तक इस तरह के आदेश का कोई मायना नहीं रहता। दूजी गल, जिन्हें मामलों लोगों को सज़ा सुनाई गई है उन्होंने सज़ा देने वाला खुद ही सदे दे के माफ़ी लिए नहीं बुला सकता। उन्होंने दस्सिया कि इस तो पहले निहंग जथेबंदी के जथेदार बाबा संता सिंह ते बूटा सिंह के उदाहरण सारे के सामने ने, जिन्हें 12-13 वरिया के बाद आके अकाल तख्त साहब से माफ़ी मंगी सी, इसलिए इस फैसले के कोई मायने नहीं हैं। ये फैसला बहुत अहम फैसला है और एक कौमी फैसला है, ये उन्होंने दोनों लेना जरूरी सी, हाँ जी, और बड़ा सोच विचार करना चाहिए सी। दूजी गल है कि श्री अकाल तख्त साहब का जथेदार आप ही कवे भी तुसी आ जाओ मैं तुहानू माफ करना है, ये कोई तुक नहीं बनती। कोई जज कवे मुरजम नूं भी तू आ जा मैं तेनू माफ़ करना, कोई गल बनती है?
हाँ जी वो अपने आप आना चाहिए है। साढ़े को ऐसे ऐसे है गए है गुरमुख सिंह का परिवार, गुरमुख सिंह चले गया वो परिवार साढ़े को आया वो माफ़ करवा के गया भी साढ़े चलो जी उन्होंने गलती की है उन्होंने बच्चे उन्होंने घर उन्होंने सारे पोते सारे आए साढ़े को वो प्रोफेसर मनजीत सिंह ऋषि उदो जहेदार मैं अरदास की उन्होंने मुआफ दी हाँ जी इस करके मेरा कहने तो मतलब है भी जिन्हें आना है ना हूँ संता सिंह जथेदार निहंग सिंह वो 14 साल अड़के बैठा रहा भी मैं नहीं आना उन्होंने किसी ने कहा भी तू आ जा तेन माफ़ करने ये साढ़े तख्त की मर्यादा नहीं है। फिलहाल इस फैसले ने पंजाब के सिख बुद्धिजीवी वर्ग के एक नवी बहस छेड़ दी है। उम्मीद की जा रही है कि इस बहस तो कोई सार्थक नतीजा कढ़ के फिर ही इस फैसले को वरतों च लिया जाएगा। ज्योति बहल PDC न्यूज़ अमृतसर। जी सो विचार वक्खो वक्खरे ने कोई कहता है कि अकाल तख्त साहब वालों जो फैसला लिया गया उसकी शलाघा करते हैं और कोई एक सवाल जरूर खड़ा करते हैं कि श्री अकाल तख्त साहब नूं अधिकार हैगा कि वो इस तरह के चैलेंज कर सकन और इस तरह की वापसी ले जो ऐलान किया गया वो कितना कुछ जायजा लामा साहब तो पूछते हैं। लामा साहब जिदा रिएक्शन साढ़े को आ रहे हैं उस विच एक गल बड़ी गंभीर तौर पर सामने आती है कि श्री अकाल तख्त साहब के जथेदारों को यह अधिकार हैगा कि किसी पंथ चो छेके हुए लोगों को दोबारा अपील करन कि वापस आओ या फिर उन्होंने लिए एक सद्दा पत्र कह सकते कि उन्होंने दिता गया। जी जी मैं जिवें शुरू च ही कहा है कि वह सद्दा पत्र या वह बुलावा वह सद्दा तो सिख रहत मर्यादा दे विच ही मौजूद है पर स्पेसिफिक तौर पर जिवें हुण एक लफज वरत्या गया कि यह सेवा है कि तनखा है तनखा एक सज़ा है सेवा वॉलंटरली अपने आप अपने मन की इच्छा नाल करदा है। हुण कई बंदे इसनू सेवा करके जिवें मैनूं याद है जिस वेले दिल्ली दे एक सीनियर अकाली आगू नूं जिस वेले सद्या गया सी अकाल तख्त साहब दे उत्ते तां उत्थों पहलां तां इनकार करदा रहा पर जदों बाद ही तनखा लवा के वापस आया तां इत्थे प्रेस वाले नूं कहण लगा अज मैं तनखा लवा के अज मैं सेवा करके मैं महाराजा रणजीत सिंह ते मास्टर तारा सिंह दी कतार विच आ गया। सो उहनूं वी उह पॉलिटिशियन जिहड़ा उसनूं वरतदा। सो पहली गल तां इह सज़ा है देखो रब न्याय करदा अगर कोई इंसाफ करन वाला जज माफी नहीं दिंदा सजा कट कर दिंदा वध कर दिंदा उसकी मर्जी है जिवें शुरू दे विच ही असीं कहा कि वह सिंह साहबान ने निर्णय करना है कि उहदी मंशा उहदा देख के उहदी बैकग्राउंड देख के उन्होंने फैसला करना है। बाकी एक गल तां पक्की है कि जिस वेले बंदा पेश हो रहा है माफी मंग रहा है कि लखपत ने कि जसपत ने कि चंदू ने कि उन्होंने सारिया ने जिस वेले पकड़े जाते हैं माफ़ी नहीं मंगते कि जिस वेले कोई बलात्कारी फड़िया जाता है कोई कातल फड़िया जाता है कि वह नहीं कहता कि मैं अगे तो नहीं करांगा। सो ये भी कह देना कि जो शरण आवे तो संकंठ लावे वह मजलूम लई है जिहड़ा किसी के जुल्म थले दबिया होया अगर शरण च आंदा है ना कि इस चीज़ लई है कि वह तुहाडी शरण च आ गया उन्होंने माफ़ कर दो। ब्लैंकेट माफ़ी का रब ने न्याय करना है सिखी दे विच एहकर करे सो एहकर पाए रब ने न्याय करना होंदा है सजा वह की दिंदा नहीं दिंदा कट करदा वह भी जिहड़ी अगर वह छड़दा भी है वह नैगेटिव सजा भी भावें दिंदा पर वह सजा ही कही जाएगी उन्हूं माफ़ी नहीं कहा जाएगा। जी बहुत बहुत धन्यवाद गुरचरण जी सिंह लांबा जी बहुत बहुत धन्यवाद इस सारे मुद्दे से साडे नाल गलबात करन दे लई। सो एक गल बिल्कुल साफ हो जाती है कि अकाल तख्त साहब ने एक खुला दिल दिखांदिया एक सद्दा पत्र दिता है उन्होंने सारे लोगों को जो पंथ दे विचों छेके गए हैं या फिर तनखाइया करार दिते जा चुके हैं हुण वेखना होगा डिपेंड उन्होंने करता है कि वह इस फैसले को किस तरह लेंदे ने वह इस सद्दे पत्र से उत्थे पहुँचते हैं या नहीं पहुँचते। सो फिलहाल इसी साड़ी खास पेशकश पंथ वापसी दी रहा इस दे विच नहीं फिलहाल दो इजाजत देश दुनिया दी बाकी खबरों लई वेखते रहो PDC न्यूज़।